ਅੱਜ ਪੰਜਾਬ ਦੇ ਲੋਕ ਜਾਣ ਗਏ ਆ ਕਿ ਹੁਣ ਪੰਜਾਬ ਦੀ ਟੱਕਰ ਜਿਹੜੀ ਨੈਸ਼ਨਲ ਪਾਰਟੀ ਉਹਨਾਂ ਨਾਲ ਆ, ਔਰ ਜੇਕਰ ਕੋਈ ਪੰਜਾਬ ਦੀ ਗੱਲ ਕਰਦਾ ਉਹ ਸ਼੍ਰੋਮਣੀ ਅਕਾਲੀ ਦਲ ਕਰਦਾ। ਅੱਜ ਲੋਕਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਡਿਵੈਲਪਮੈਂਟ ਸੀ, ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕਰਕੇ ਲੱਖਾਂ ਹੀ ਬੱਚੇ ਪੜ੍ਹਦੇ ਸੀ, ਜਾਂ ਅਮਨ ਅਮਾਨ ਦੀ ਜੋ ਸਥਿਤੀ ਸੀ, ਜੋ ਡਿਵੈਲਪਮੈਂਟ ਦੀ ਗੱਲ ਸੀ, ਉਹ ਨਾ ਕੈਪਟਨ ਸਾਹਿਬ ਦੇ ਸਕੇ, ਨਾ ਭਗਵੰਤ ਮਾਨ ਸਰਕਾਰ ਦੇ ਸਕੀ। ਲੋਕਾਂ ਨੂੰ ਇਹ ਯਾਦ ਹੈ ਕਿ ਜੇਕਰ ਪੰਜਾਬ ਦੀ ਬਿਹਤਰੀ ਲਈ ਕੋਈ ਕੋਈ ਕਰ ਸਕਦਾ ਉਹ ਅਕਾਲੀ ਦਲ ਹੀ ਕਰਦੇ ਸੀ। ਸਾਡਾ ਪਾਪਾ ਸਾਨੂੰ ਦਾਣੇ ਦਿੰਦਾ ਚਲਾ ਗਿਆ, ਹੁਣ ਸਾਡਾ ਵੀਰ ਸੁਖਵੀਰ ਦਾਣੇ ਦਿੰਦਾ, ਸਾਡੇ ਬਿੱਲ ਮਾਫ ਆ। ਸੰਘਰਸ਼ ਦੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ। ਪੰਜਾਬ ਦੇ ਲੋਕ ਆ ਇਹਨਾਂ ਨੂੰ ਸਮਝ ਲੱਗ ਗਈ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ। ਸੋ ਇਹ ਜਿਹੜੀ ਸਰਕਾਰ ਸੀ ਉਹ ਰੇਤ ਦੀਆਂ ਨੀਆਂ 'ਤੇ ਉਹਨਾਂ ਨੇ ਸਰਕਾਰ ਤਾਂ ਬਣਾ ਲਈ ਝੂਠ ਬੋਲ ਕੇ, ਪਰ ਲੋਕਾਂ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ। ਇਸ ਕਰਕੇ ਅੱਜ ਲੋਕ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਇਸ ਯਾਤਰਾ ਦੇ ਵਿੱਚ ਸਮਰਪਿਤ ਹੋਏ ਹਨ। ਪੰਜਾਬ ਇਸ ਵੇਲੇ ਸਮਝ ਚੁੱਕਾ ਹੈ, ਉਹ ਪਰਿਵਰਤਨ ਚਾਹੁੰਦਾ ਹੈ, ਉਹ ਅਕਾਲੀ ਦਲ ਹੀ ਚਾਹੁੰਦਾ ਹੈ। ਬਹੁਤ ਵੱਡਾ ਜੋ ਅੱਜ ਹਜੂਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਚੰਦੂ ਮਹਾਰਾਜ ਸਾਹਿਬ ਨੂੰ ਸਮਰਥਨ ਦੇਣ ਦੇ ਲਈ ਪਹੁੰਚਿਆ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ। ਕਾਂਗਰਸ ਪਾਰਟੀ ਅਤੇ ਝਾੜੂ ਵਾਲਿਆਂ ਨੇ ਪੰਜਾਬ ਨੂੰ ਦਿੱਲੀ ਦੇ ਗਹਿਣੇ ਰੱਖਤਾ, ਦਿੱਲੀ ਦੇ ਦਬਾਅ ਥੱਲੇ ਆ ਕੇ, ਦਿੱਲੀ ਦੇ ਘੇਰ ਥੱਲੇ ਆ ਕੇ ਸਾਡੇ ਕਿਸਾਨ ਭਰਾਵਾਂ ਨੂੰ ਜੰਮੂ ਬਾਰਡਰ ਤੇ ਬਿਠਾਇਆ, ਬਿਨੌਲੀ ਬਾਰਡਰ ਤੇ ਬਿਠਾਇਆ, ਸਾਡੇ ਜਵਾਨਾਂ ਦੀਆਂ ਅੱਖਾਂ ਬਣਾਈਆਂ, ਟਰੈਕਟਰ ਤੋੜੇ, ਜਿੰਨੀਆਂ ਵੀ ਪੰਜਾਬ ਚ ਬਣਦੀਆਂ ਦਿੱਲੀਓ ਸਰਕਾਰਾਂ ਸਭਨਾ ਦੀਆਂ ਰਹੀਆਂ ਹਿਲਦੀਆਂ ਦਿੱਲੀ ਤੋਂ ਤਾਰਾਂ, ਇੱਕੋ ਅਕਾਲੀ ਪਾਰਟੀ ਪੰਜਾਬ ਦੀ ਜਾਈ, ਜੋ ਹਾਲਤ ਪੰਜਾਬ ਦੀ ਹੈ। ਆ ਦਿੱਲੀ ਵਾਲੀ ਪਾਰਟੀਆਂ ਨੇ ਕਿਵੇਂ ਸਰਕਾਰ ਬਣਾ ਕੇ ਇੱਥੇ ਲੁੱਟਣਾ ਸ਼ੁਰੂ ਕੀਤਾ। ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਆਪਣੇ,
ਤੇ ਹੁਣ 5 ਸਾਲਾ ਝਾੜੂ ਵਾਲੇ ਨੇ। ਤੁਸੀਂ ਜਾਣਦੇ ਹੋ ਕਿ ਜੋ ਵੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਤੁਹਾਡੀ ਆਪਣੀ ਸਰਕਾਰ ਦੀ ਸਰਕਾਰ ਸੀ। ਭਾਵੇਂ ਸੜਕਾਂ, ਭਾਵੇਂ ਬਿਜਲੀ ਹੈ, ਭਾਵੇਂ ਏਅਰਪੋਰਟ ਹੈ, ਭਾਵੇਂ ਸੀਵਰੇਜ ਦਾ ਕੰਮ ਹੈ, ਭਾਵੇਂ ਮੰਡੀਆਂ, ਕੁਛ ਵੀ ਚੀਜ਼ ਦੇਖ ਲਓ, ਭਾਵੇਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਹੈ, ਸਾਰੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੰਦੀਆਂ। ਦੂਜੀ ਸਾਰੀਆਂ ਪਾਰਟੀਆਂ ਨੇ ਇੱਥੇ ਇਕੱਲੇ ਲੁੱਟਣ ਦਾ ਕੰਮ ਕੀਤਾ। ਪਿਛਲੇ 10 ਸਾਲ ਆਪਣੇ ਖਰਾਬ ਹੋ ਗਏ। ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ, ਖਾਲਸਾ ਪੰਥ ਨੂੰ, ਆਪਣੀ ਫੌਜ, ਆਪਣੀ ਪਾਰਟੀ, 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਲਿਓ, ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਦੇਖੋਗੇ ਕਿਵੇਂ ਅੱਗੇ ਪੰਜਾਬ ਵੱਧਦਾ। ਤੇ 1 ਜੂਨ ਨੂੰ ਫੈਸਲਾ ਕਰ ਲਓ, ਦਿੱਲੀ ਵਾਲੀਆਂ ਪਾਰਟੀਆਂ ਨੂੰ ਆਪਾਂ ਵੰਡ ਨਹੀਂ ਦੇਣਾ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।